ਖੈਰ ਪੰਜਾਬ ਸਰਕਾਰ ਨੂੰ 2017 ਚੋਣਾਂ ਦੇ ਲਈ ਸਭ ਤੋਂ ਪਹਿਲਾਂ ਪੰਜਾਬ ਦੀ ਜਨਤਾ ਨੂੰ ਆਪਣੇ ਹੱਕ ਦੇ ਵਿੱਚ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਵਾਰ ਮੁਕਾਬਲਾ ਪੰਜਾਬ ਦੇ ਵਿੱਚ ਤਿੰਨ ਅਹਿਮ ਪਾਰਟੀਆਂ ਦਾ ਹੋਏਗਾ ਅਤੇ ਜਨਤਾ ਕਾਂਗਰਸ ਜਾਂ ਆਪ ਪਾਰਟੀ ਦੀਆਂ ਸਕੀਮਾਂ ਤੋਂ ਪ੍ਰਭਾਵਿਤ ਨਾ ਹੋ ਜਾਵੇ, ਇਸ ਲਈ ਅਕਾਲੀ ਸਰਕਾਰ ਨੇ ਕੋਸ਼ਿਸ਼ਾਂ ਆਪਣੀਆਂ ਸ਼ੁਰੂ ਕਰ ਦਿੱਤੀਆਂ ਨੇ। ਫਿਰ ਚਾਹੇ ਉਹ ਕੋਸ਼ਿਸ਼ਾਂ ਰੁਕੀਆਂ ਸਕੀਮਾਂ ਦੀ ਰਕਮ ਵਧਾਉਣ ਦੀ ਹੀ ਕਿਉਂ ਨਾ ਹੋਵੇ। ਦੇਖੋ ਕਿਸ ਤਰ੍ਹਾਂ ਦਰਅਸਲ ਪੰਜਾਬ ਚ ਸੂਬਾ ਸਰਕਾਰ ਨੇ ਕਈ ਮਹੀਨਿਆਂ ਤੋਂ ਰੁਕ ਰੁਕ ਕੇ ਮਿਲ ਰਹੀ ਪੈਨਸ਼ਨ ਦੀ ਰਕਮ ਨੂੰ ਅੱਜ ਵਧਾ ਦਿੱਤਾ। ਮੋਹਾਲੀ ਚ ਜਿੱਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੈਨਸ਼ਨ ਸਕੀਮ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ, ਉੱਥੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਆਦੇਸ਼ ਪ੍ਰਤਾਪ ਕੈਰੋ, ਵਿਕਰਮ ਸਿੰਘ ਮਜੀਠੀਆ ਨੇ ਵੀ ਲੋਕਾਂ ਨੂੰ ਪੈਨਸ਼ਨ ਦੀ 500 ਵਧੀ ਹੋਈ ਰਕਮ ਦਿੱਤੀ। ਹਾਲਾਂਕਿ ਇਸ ਸਕੀਮ ਦੇ ਰੁਕਣ ਬਾਰੇ ਮੰਤਰੀਆਂ ਨੂੰ ਜਦੋਂ ਸਵਾਲ ਕੀਤਾ ਗਿਆ ਤਾਂ ਸਕੀਮ ਦੇ ਵਿੱਚ ਰੁਕਾਵਟ ਆਉਣ ਦਾ ਕਾਰਨ ਉਹਨਾਂ ਬੈਂਕਾਂ ਨੂੰ ਦੱਸਿਆ। ਪਹਿਲੀ ਵਾਰ ਬਜ਼ੁਰਗਾਂ ਨੂੰ ਪੰਜਾਬ 'ਚ ਪੈਨਸ਼ਨ ਮਿਲਣ ਲੱਗੀ ਉਦੋਂ ਵੀ ਮੁੱਖ ਮੰਤਰੀ ਬਾਦਲ ਸਾਹਿਬ ਦਾ ਹੀ ਫੈਸਲਾ ਸੀ। ਆਟਾ ਦਾਲ ਸਕੀਮ ਬਾਦਲ ਸਾਹਿਬ ਦਾ ਫੈਸਲਾ, ਸ਼ਗਨ ਦੀ ਸਕੀਮ ਬਾਦਲ ਸਾਹਿਬ ਦਾ ਫੈਸਲਾ, ਲੜਕੀਆਂ ਨੂੰ ਸਕੂਲ ਜਾਣ ਵਾਲੀ ਸਾਈਕਲ ਦੇਣੀ ਬਾਦਲ ਸਾਹਿਬ ਦਾ ਫੈਸਲਾ, ਸਕਾਲਰਸ਼ਿਪ ਬਾਦਲ ਸਾਹਿਬ ਦਾ ਫੈਸਲਾ, ਮੁੱਖ ਮੰਤਰੀ ਤੀਰਥ ਯਾਤਰਾ ਬਾਦਲ ਸਾਹਿਬ ਦਾ ਫੈਸਲਾ, ਤੁਸੀਂ ਕੋਈ ਵੀ ਲੈ ਲਓ ਸਕੀਮ, ਇੱਕ ਵੀ ਸਕੀਮ ਤੁਹਾਨੂੰ ਕਾਂਗਰਸ ਦੇ ਰਾਜ ਵਿੱਚ ਪੈਨਸ਼ਨ, ਕਿਉਂਕਿ ਪਹਿਲਾਂ ਇੱਕ ਵਾਰੀ ਕੰਪਲੇਂਟ ਆਈ ਸੀ, ਉਦੋਂ ਚਰਚਾ ਚੱਲੀ ਸੀ ਕਿ ਬੈਂਕ ਨੂੰ ਟ੍ਰਾਂਸਫਰ ਕਰ ਦਿਓ, ਮੇ ਬੀ ਪੈਨਸ਼ਨ ਵਧੀਆ ਤਰੀਕੇ ਨਾਲ ਵੰਡੀ ਜਾਊਗੀ। ਮਗਰ ਬੈਂਕ ਟ੍ਰਾਂਸਫਰ 'ਤੇ ਵੀ ਜਦ ਹੋਈ, ਬੈਂਕਸ ਕੁਡ ਨਾਟ ਗਿਵ ਦੋਸ ਪੈਨਸ਼ਨਸ ਪ੍ਰੋਪਰਲੀ। ਲੋਕਾਂ ਨੂੰ ਉਹ ਬਾਇਓਮੈਟ੍ਰਿਕਸ ਦੀ, ਬਜ਼ੁਰਗਾਂ ਨੂੰ ਬੜੀ ਵੱਡੀ ਪ੍ਰੋਬਲਮ ਆਈ। ਇੱਕ ਹਰ ਪਿੰਡ 'ਚ ਬੈਂਕ ਖੁੱਲ੍ਹਿਆ ਨਹੀਂ ਬ੍ਰਾਂਚ ਦਾ, ਇਸ ਲਈ ਕਿਸੇ ਬਜ਼ੁਰਗ ਲਈ ਵੀ ਬੈਂਕ ਤੱਕ ਚੱਲ ਕੇ ਜਾਣਾ ਕਈ ਵਾਰੀ, ਕਿਉਂਕਿ ਬੈਂਕ ਬ੍ਰਾਂਚ ਦੂਰ ਹੁੰਦਾ ਸੀ, ਉਸ ਮੁਸ਼ਕਿਲ ਨੂੰ ਫਿਰ ਸਮਝਦਿਆਂ ਅੱਜ ਵਾਪਸ ਪੰਚਾਇਤਾਂ ਨੂੰ ਕੰਮ ਦਿੱਤਾ, ਕਿਉਂਕਿ ਕਈ ਪੰਚਾਇਤਾਂ ਨੇ ਬਹੁਤ ਸੋਹਣਾ ਕੰਮ ਕੀਤਾ ਸੀ। ਸੋ ਅੱਜ ਪੈਨਸ਼ਨ ਨੂੰ ਡਬਲ ਕਰਨਾ ਅਤੇ ਵਾਪਸ ਪੰਚਾਇਤਾਂ ਨੂੰ ਦੇਣ ਦਾ ਫੈਸਲਾ, ਇਹ ਲੋਕਾਂ ਦੀ ਮੰਗ ਦੇ ਉਹਦੇ ਕਰਕੇ ਇਹ ਹੋਇਆ, ਅਤੇ ਮੈਂ ਸਮਝਦਾ ਚੰਗਾ ਫੈਸਲਾ। ਮੈਂ ਇਹ ਕਹਿ ਰਿਹਾ ਕਿ 250 ਤੋਂ 500 ਠੀਕ ਹੈ, ਇਸ ਨੂੰ ਜਿੰਨਾ ਹੋਰ ਵਧਾਇਆ ਜਾ ਸਕਦਾ ਵਧਾਉਣਾ ਚਾਹੀਦਾ। ਮੇਰਾ ਤਾਂ ਆਪ ਇਹੀ ਵਿਊ, ਮੈਂ ਜਸਟੀਫਾਈ ਨਹੀਂ ਕਰਦਾ ਇਹ, ਪਰ ਇਹ ਜ਼ਰੂਰ ਹੈ ਕਿ 250 ਤੋਂ 500 ਕਰਨਾ ਇਹ ਅੱਜ ਦੀ ਜਿਹੜੀ ਹੈ ਏਜੰਡਾ। ਉਧਰ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਵੀ ਲੋਕਾਂ ਨੂੰ ਪੈਨਸ਼ਨ ਦੇਣ ਦਾ ਅਹਿਮ ਫੈਸਲਾ ਪੰਚਾਇਤਾਂ ਦੇ ਹੱਕ 'ਚ ਕੀਤਾ ਅਤੇ ਕਿਹਾ ਕਿ ਬਜ਼ੁਰਗਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹੁਣ ਪੂਰੀਆਂ ਕੀਤੀਆਂ ਜਾਣਗੀਆਂ। ਬਾਦ ਸਾਹਿਬ ਨੇ ਇਲੈਕਸ਼ਨਾਂ 'ਚ ਅਸੀਂ ਵਾਅਦਾ ਕੀਤਾ ਸੀ ਸਾਡੀ ਸਰਕਾਰ ਨੇ ਕਿ ਬੁਢਾਪਾ ਪੈਨਸ਼ਨ 250 ਤੋਂ 500 ਕੀਤੀ ਜਾਏਗੀ, ਅਤੇ ਜਨਵਰੀ ਤੋਂ ਸ਼ੁਰੂ ਕੀਤੀ ਹੈ। ਔਰ ਫਾਜ਼ਿਲਕਾ ਦੇ ਵਿੱਚ ਜਿਹੜਾ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਫੰਕਸ਼ਨ ਕਰਕੇ ਅੱਜ, ਇਹ ਤਾਂ ਕੋਈ ਨਹੀਂ ਕਹਿ ਸਕਦਾ, ਯਕੀਨੀ ਹੀ ਹੈ, ਬਣਾਈ ਨਹੀਂ ਜਾਏਗੀ, ਯਕੀਨੀ ਹੈ। ਔਰ ਹਰ ਮਹੀਨੇ 500 ਰੁਪਏ ਬਜ਼ੁਰਗ ਨੂੰ ਮਿਲਦੀ ਰਹੇਗੀ। ਔਰ ਹੁਣ ਜਿਹੜੀ ਐਸੀ ਕੈਬਨਿਟ 'ਚ ਪਾਸ ਕਰਤਾ ਕਿ ਪੰਚਾਇਤ ਪਿੰਡਾਂ ਦੇ ਵਿੱਚ ਪੰਚਾਇਤ ਦੇ ਥਰੂ ਵੰਡੇ ਜਾਣਗੇ। 250 ਰੁਪਏ ਪੈਨਸ਼ਨ ਕੇ ਮਿਲਦੀ ਸੀ, ਚਾਹੇ ਉਹ ਬੁਢਾਪਾ ਪੈਨਸ਼ਨ ਸੀ ਚਾਹੇ ਵਿਧਵਾ ਪੈਨਸ਼ਨ ਸੀ, ਉਹ 250 ਤੋਂ ਵਧਾ ਕੇ 500 ਰੁਪਏ ਕੀਤੀ ਹੈ। ਅੱਜ ਸਾਰੇ ਪੰਜਾਬ ਦੇ ਵਿੱਚ ਇਹਦਾ ਰਸਮੀ ਉਦਘਾਟਨ ਹੋ ਰਿਹਾ। ਪੰਜਾਬ ਦਾ ਇੱਕ ਪਹਿਲਾ ਸੂਬਾ ਹੈ ਜਿੱਥੇ ਹਰੇਕ ਗਰੀਬ ਵਰਗ ਦੇ ਲੋਕਾਂ ਨੂੰ ਕੋਈ ਨਾ ਕੋਈ ਸਹੂਲਤ ਦਿੱਤੀ ਜਾਂਦੀ ਹੈ, ਚਾਹੇ ਬੁਢਾਪਾ ਪੈਨਸ਼ਨ ਦੇ ਰੂਪ ਦੇ ਵਿੱਚ ਹੋਵੇ, ਚਾਹੇ ਸ਼ਗਨ ਸਕੀਮ ਦੇ ਰੂਪ ਦੇ ਵਿੱਚ ਹੋਵੇ, ਚਾਹੇ ਆਟਾ ਦਾਲ ਦੇ ਰੂਪ ਦੇ ਵਿੱਚ ਹੋਵੇ। ਮੈਂ ਸਮਝਦਾ ਜਿਸ ਕਿਸਮ ਦੀਆਂ ਫੈਸਿਲਿਟੀਜ਼ ਪੰਜਾਬ ਦਿੱਤੀਆਂ ਜਾਂਦੀਆਂ ਨੇ, ਇੱਦਾਂ ਦੀਆਂ ਰਾਇਤਾਂ ਕਿਸੇ ਹੋਰ ਸੂਬੇ 'ਚ ਦੇਖਣ ਨੂੰ ਮਿਲਦੀ ਹੈ। ਖੈਰ ਜੋ ਵੀ ਹੈ, ਆਮ ਲੋਕਾਂ ਨੂੰ ਬੜੇ ਦਿਨਾਂ ਬਾਅਦ ਸੂਬਾ ਸਰਕਾਰ ਦੇ ਮੰਤਰੀਆਂ ਦੇ ਇਕੱਠੇ ਦਰਸ਼ਨ ਹੋਏ। ਹੁਣ ਬੇਸ਼ੱਕ ਇਲੈਕਸ਼ਨ ਦਾ ਸਾਲ ਹੋਣ ਕਰਕੇ ਬਜ਼ੁਰਗਾਂ ਲਈ ਇਸ ਤਰ੍ਹਾਂ ਦੀਆਂ ਸਕੀਮਾਂ ਨੂੰ ਕਾਫੀ ਜ਼ਿਆਦਾ ਵਧਾਇਆ ਜਾ ਰਿਹਾ ਹੈ, ਪਰ ਸਵਾਲ ਅਜਿਹੇ 'ਚ ਇੱਕ ਹੈ ਕਿ ਕੀ ਮਹਿਜ਼ 500 ਰੁਪਏ ਪ੍ਰਤੀ ਮਹੀਨਾ ਵਾਕਈ ਹੀ ਕਿਸੇ ਵਿਅਕਤੀ ਦੇ ਲਈ ਕਾਫੀ ਨੇ? ਕਿਉਂਕਿ 9 ਸਾਲ ਤੋਂ ਸੱਤਾ ਦਾ ਸੁੱਖ ਭੋਗ ਰਹੀ ਅਕਾਲੀ ਸਰਕਾਰ ਨੂੰ 10 ਮਹੀਨੇ ਪਹਿਲਾਂ ਬਜ਼ੁਰਗਾਂ ਦਾ ਧਿਆਨ ਕਿੱਥੋਂ ਆ ਗਿਆ? ਨਿਊਜ਼ ਡੈਸਕ ਤੋਂ ਸ਼ੈਰੀ ਗੌਰਵਾ ਦੇ ਨਾਲ ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ।